जो कि असी मिनिस्ट्री नूं गवर्नर साहब नूं सी एम साहब नूं ऑलरेडी भेज चुके हैं, पर सानू सिर्फ एक फोन कॉल आती है कि तुसी पी जी आई चले जाओ, तुसी बत्ती च चले जाओ, उत्थे डॉक्टर साहब नूं मिलो। पर असी उत्थे डॉक्टर साहब नूं मिल के की करांगे? डॉक्टर साहब की इको ही भाषा जो असी तुहानूं पहलां ही बयान कर चुके हैं कि इहदी बीमारी का कोई इलाज ही है नहीं, ਅਸੀਂ ਕੁਛ ਕਰ ਨਹੀਂ ਸਕਦੇ, ਮੌਤ ਹੈ ਬੱਚੇ ਦੀ, ਬਾਸ ਮੌਤ ਹੈ। ਇਹਦੇ ਬਾਰੇ ਵੀ ਮੈਂ ਤੁਹਾਨੂੰ ਇੱਕ ਹੋਰ ਦੱਸਾਂ, ਇੱਕ ਸਾਨੂੰ ਨੰਬਰ ਜੋ ਉੱਥੇ ਡਾਕਟਰ ਭੋਗਲ ਕਰਕੇ ਮੁਹੱਈਆ ਕਰਵਾਇਆ ਜਾ ਰਿਹਾ ਹੈ, ਕੋਈ ਚੱਕਰ ਨਹੀਂ, ਉਹ ਸੈਂਟਰ ਗਵਰਨਮੈਂਟ ਨੇ ਵੀ ਆਪਣੀ ਲਿਸਟ 'ਚੋਂ ਨੰਬਰ ਰਿਲੀਜ਼ ਕੀਤਾ ਹੈ, ਪਰ ਉਹ ਨੰਬਰ ਹਮੇਸ਼ਾ ਲਈ ਸਵਿੱਚ ਆਫ ਹੋ ਰਿਹਾ। ਤੁਸੀਂ ਸਾਤੋਂ ਨੰਬਰ ਲਵੋ ਅਤੇ ਟਰਾਈ ਕਰੋ, ਅੱਜ ਵੀ ਉਹ ਨੰਬਰ ਸਵਿੱਚ ਆਫ ਹੀ ਬੋਲੇਗਾ। ਪੀ ਜੀ ਜਾ ਕੇ ਅਸੀਂ ਡਾਕਟਰ ਭਾਗਲ ਨੂੰ ਕਿੱਥੇ ਲੱਭੀਏ, ਪਹਿਲੀ ਅਸੀਂ ਪੀੜਤ ਹੈ, ਉੱਥੇ ਦਾ ਬੰਦੇ ਨੂੰ ਵੈਸੇ ਯਾਦ ਨਹੀਂ ਪੁੱਛਦਾ ਕੋਈ, ਡਾਕਟਰ ਸਾਹਿਬ ਦੇ ਨੰਬਰ ਨੂੰ ਕੌਣ ਪੁੱਛੂਗਾ ਜੀ? ਇਹਨਾਂ ਨੂੰ ਨੰਬਰ ਦਈਓ ਜੀ। ਅੱਜ ਅਸੀਂ ਮਸਕੂਲਰ ਡਿਸਟ੍ਰੋਫੀ ਤੋਂ ਪੀੜਤ ਪੂਰੇ ਪੰਜਾਬ ਭਰ ਤੋਂ ਪੀੜਤ ਪੇਰੈਂਟਸ ਇਕੱਠੇ ਹੋਏ ਸੀਗੇ। ਇਹਦਾ ਜਿਹੜੀ ਨਾ ਮੁਰਾਦ ਬਿਮਾਰੀ ਮਸਕੂਲਰ ਡਿਸਟ੍ਰੋਫੀ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਦੁਨੀਆ ਭਰ 'ਚ ਫੈਲੀ ਹੋਈ ਹੈ, ਇਹਦਾ ਕੋਈ ਇਲਾਜ ਨਹੀਂ ਆ ਰਿਹਾ, ਨਾ ਹੀ ਕੋਈ ਸਰਕਾਰਾਂ ਧਿਆਨ ਦੇ ਰਹੀਆਂ। ਬੱਚੇ ਬੜੇ ਇੰਟੈਲੀਜੈਂਟ ਨੇ, ਕਿਸੇ ਦਾ 15 ਸਾਲ ਦਾ ਬੱਚਾ ਹੈ, ਇੱਕ ਲੁੱਟ ਖਸੁੱਟ ਇੰਨੀ ਹੋ ਰਹੀ ਹੈ ਮੈਡੀਕਲ 'ਚ, ਨਾ ਸਾਡੀਆਂ ਸਰਕਾਰਾਂ ਦਾ ਧਿਆਨ ਹੈ। ਬੱਚੇ ਇੰਨੇ ਇੰਟੈਲੀਜੈਂਟ ਨੇ, ਉਹਨਾਂ ਨੂੰ ਅਸੀਂ ਪੜ੍ਹਾ ਨਹੀਂ ਸਕਦੇ, ਸਕੂਲਾਂ 'ਚ ਕੋਈ ਸੋਰਸ ਨਹੀਂ ਹੈਗੇ, ਕੋਈ ਹੈਲਪ ਨਹੀਂ ਹੈਗੀ ਸਰਕਾਰ ਵੱਲੋਂ ਵੀ ਉਹ ਬੱਚੇ ਨੇ ਜਿਹੜੇ, ਜੇ ਕਿਸੇ ਦਾ ਨਹੀਂ ਸੋਰਸ ਹੈਗਾ, ਉਹ ਕੋਈ ਮਿਊਜ਼ਿਕ 'ਚ ਜਾਣਾ ਚਾਹੁੰਦਾ ਹੈ, ਕੋਈ ਆਰਟ 'ਚ ਜਾਣਾ ਚਾਹੁੰਦਾ, ਵੀ ਉਹਦਾ ਦੇ ਸੋਰਸ ਉਹਨਾਂ ਨੂੰ ਅਪਣਾ ਲੈਣ। ਅਸੀਂ ਸਰਕਾਰਾਂ ਤੋਂ ਮੰਗ ਕਰਨ ਵਾਸਤੇ ਮੰਗ ਪੱਤਰ ਦੇਣ ਆਇਆ ਵੀ ਜੇ ਇਲਾਜ ਕੋਈ ਗੱਲ ਨਹੀਂ, ਚਲੋ ਲੇਟ ਹੈ ਜਾਂ ਮਹਿੰਗਾ ਹੈ, ਨਹੀਂ ਕਰਾ ਸਕਦੇ, ਇੱਧਰ ਨਹੀਂ ਧਿਆਨ ਦੇ ਸਕਦੇ, ਘੱਟੋ ਘੱਟ ਇੱਕ ਜੀਵਨ ਜੀਣ ਦੀ ਕਲਾ ਜਿਹੜੀ ਹੈ ਉਹਦੇ ਲਈ ਕੋਈ ਰੂਹ ਤਾਂ ਫੂਕ ਸਕਦੇ ਹਾਂ ਆਪਾਂ, ਕੋਈ ਉਪਰਾਲੇ ਤਾਂ ਕਰ ਸਕਦੇ ਹਾਂ। ਇੱਕ ਸਾਡਾ ਸਮਾਜ ਹੈ ਉਹ ਵੀ ਜਦੋਂ ਗਰੀਬੀ ਆ ਜਾਂਦੀ ਹੈ, ਮਿਸ਼ਰਾ ਜੇ ਪਰਿਵਾਰ ਦੀ ਗੱਲ ਕਰਦੇ ਹਾਂ, ਅੱਜ 26 ਜਨਵਰੀ ਨੂੰ ਜਿੱਥੇ ਪੂਰਾ ਦੇਸ਼ ਆਜ਼ਾਦੀ ਮਨਾ ਰਿਹਾ ਸੀਗਾ, ਤਿਰੰਗਾ ਲਹਿਰਾ ਰਿਹਾ ਸੀਗਾ, ਕੀ ਆਜ਼ਾਦੀ ਹੋ ਗਈ, ਪੂਰਾ ਪਰਿਵਾਰ ਇੱਕ ਸਲਫਾਸ ਦੀ ਗੋਲੀ ਨਾਲ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ, ਸਲਫਾਸ ਦੀ ਗੋਲੀ ਖਾ ਕੇ ਪੂਰਾ ਪਰਿਵਾਰ ਆਪਣੀ ਜੀਵਨ ਲੀਲਾ ਖਤਮ ਕਰ ਲੈਂਦਾ, ਕਿ ਸਾਡੇ ਬੱਚਿਆਂ 'ਚ ਜਾਂ ਸਾਡੇ ਪਰਿਵਾਰਾਂ 'ਚ ਵਧੀਆ ਮੈਸੇਜ ਆਏਗਾ ਉਸ ਗੱਲ ਦਾ? ਠੀਕ ਹੈ, ਅਸੀਂ ਜੀ ਰਹੇ ਹਾਂ ਇੱਕ, ਪਰ ਉਹ ਕਲਾ ਲਈ ਅਸੀਂ ਅੱਜ ਸਾਰੇ ਪੇਰੈਂਟਸ ਇਕੱਠੇ ਹੋਏ ਹਾਂ, ਤਕਰੀਬਨ ਕਾਫੀ ਪੇਰੈਂਟਸ ਆਏ ਨੇ, ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ, ਇੱਥੇ ਡੀ ਸੀ ਸਾਹਿਬ ਨੂੰ ਕੋਮਨ ਪੈਲੇਸ ਹੋਣ ਦੇ ਨਾਂ 'ਤੇ ਲੁਧਿਆਣੇ 'ਚ ਇਕੱਠੇ ਹੋ ਕੇ ਅਸੀਂ ਡੀ ਸਾਹਿਬ ਨੂੰ ਸਰਕਾਰ ਦੇ ਨਾਂ 'ਤੇ ਮੰਗ ਪੱਤਰ ਦਿੱਤੇ ਹੈ, ਜਦੋਂ ਕਿ ਆਫਿਸ ਵੀ ਸਾਡਾ ਕੋਈ ਮੰਗ ਪੱਤਰ ਦਾ ਇਹ ਮਤਲਬ ਨਹੀਂ ਹੈਗਾ ਵੀ ਕੋਈ ਅੱਜੇ ਕੋਈ ਜਾਦੂ ਦੀ ਛੜੀ ਠੀਕ ਕਰ ਦਿਉ, ਉਹ ਘੱਟੋ ਘੱਟ ਸਾਡੇ ਨਾਲ ਤਾਂ ਖੜੋ, ਕੋਈ ਉਪਰਾਲਾ ਤਾਂ ਕਰੋ, ਇੱਕ ਜੀਵਨ ਉਂਝ ਤਾਂ ਆਪਾਂ ਕਹਿੰਦੇ ਵੀ ਯਾਰ ਫਲਾਣੀ ਫਲਾਣੇ ਉਹਨੂੰ ਜੀਵਨ ਦੇਣਾ, ਫਲਾਣੇ ਨੂੰ ਆਪਾਂ ਇਹ ਕਰਨਾ, ਪਰ ਨਹੀਂ, ਇੱਕ ਜੀਵਨ ਜਿਹੜੇ ਜਿੱਤੇ ਹੈ ਜੀਣ ਵਾਲੇ ਨੇ ਉਹਨੂੰ ਘੱਟੋ ਘੱਟ ਕੋਈ ਹੈਲਪ ਹੀ ਦੇ ਦਿਉ, ਜੀਵਨ ਤਾਂ ਨਹੀਂ ਦੇ ਸਾਨੂੰ, ਹੈਲਪ ਹੀ ਦੇ ਦਿਉ, ਨਹੀਂ ਕੋਈ ਹੈਲਪ ਕਿਉਂ ਨਹੀਂ, ਧਿਆਨ ਨਹੀਂ ਹੈਗਾ। ਅਸੀਂ ਅੱਜ ਇਸ ਕਰਕੇ ਇਕੱਠੇ ਹੋਏ ਹਾਂ ਵੀ ਕੋਈ ਮਿਸ਼ਰਾ ਜੀ ਦੇ ਪਰਿਵਾਰ ਵਾਂਗੂ ਇਹ 26 ਜਾਂ 27 ਜਨਵਰੀ ਜਾਂ ਕੋਈ 28 ਜਨਵਰੀ ਜਾਂ 1 ਅਗਸਤ ਇਹੋ ਜਿਹਾ ਨਾ ਬਣ ਜੇ ਕਿ ਇਹ ਭਾਂਬੜ ਬਣ ਜੇ, ਅਤੇ ਸਾਡੇ ਬੱਚਿਆਂ 'ਚ ਕੋਈ ਮੈਸੇਜ ਵਧੀਆ ਨਹੀਂ ਜਾਂਦੇ ਹੈਗੇ, ਇਹ ਵੀ ਇਹੋ ਜਿਹਾ ਪਰਿਵਾਰ ਕੋਈ ਹੋਰ ਨਾ ਅਸੀਂ ਦੇਖਣਾ ਨਹੀਂ ਚਾਹੁੰਦੇ ਹੈਗੇ। ਸਰਕਾਰ ਨੂੰ ਕਹਿੰਦੇ ਵੀ ਇਹਨਾਂ ਦੇ ਨਾਲ ਖੜ ਜਾਓ, ਜਿਹੜੇ ਕੋਈ ਬੱਚਾ ਕੋਈ ਜੀਣਾ ਚਾਹੁੰਦਾ ਉਹਨੂੰ ਜੀਣ ਵਾਸਤੇ ਕੋਈ ਨਾ ਕੋਈ ਮਦਦ, ਉਹਨਾਂ ਦੀ ਹੈਲਪ ਵਾਸਤੇ ਅੱਗੇ ਆਓ। ਅਸੀਂ ਭਗਵੰਤ ਮਾਨ ਸਰਕਾਰ ਤੋਂ ਵੀ, ਕੇਂਦਰ ਦੀ ਮੋਦੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ, ਠੀਕ ਹੈ, ਅਸੀਂ ਮੈਡੀਕਲ ਅਫਸਰਾਂ ਨੂੰ ਜਾਂ ਹੋਰਾਂ ਨੂੰ ਚਿੱਠੀਆਂ ਬਹੁਤ ਪਾਈਆਂ, ਸਰਕਾਰਾਂ ਨੂੰ ਚਿੱਠੀਆਂ ਪਾਈਆਂ, ਉਹਨਾਂ ਦਾ ਕੀ ਜਵਾਬ ਹੁੰਦਾ? ਇਹ ਤਾਂ ਜੀ 15 ਕੁ ਸਾਲਾਂ ਦੀ ਉਮਰ ਹੈ ਜੀ, ਮਰ ਜਾਏਗਾ ਤੁਹਾਡਾ ਬੱਚਾ, ਇਹਦਾ ਵਿਆਹ ਨਾ ਕਰਿਓ, ਅੱਗੇ ਨਾ ਬਿਮਾਰੀ ਫੈਲੇ, ਇਹ ਕੋਈ ਜਵਾਬ ਹੈ? ਇਹ ਕੋਈ ਲੌਜਿਕ ਹੈ? ਈਵਨ ਕਿ ਜਦੋਂ ਅਸੀਂ ਵੱਡੇ ਤੌਰ 'ਤੇ ਅਸੀਂ ਇਹਦੀ ਰਿਸਰਚ ਸੈਂਟਰਾਂ 'ਚ ਹੋਰ ਜਾ ਕੇ ਇਲਾਜ ਕਰਾਉਂਦੇ ਹਾਂ, ਹੋਰ ਕਰਦੇ ਹਾਂ, ਉਹ ਕਹਿੰਦੇ ਵੀ ਇਹਨੂੰ ਹਾਲੇ ਜੀਵਨ ਜੀਣ ਲਈ ਤੁਸੀਂ ਇਹਦੀ ਮਸਕੂਲਰ ਫਿਜ਼ੀਓਥੈਰੇਪੀ ਕਰਾਓ ਜਾਂ ਇਹਨੂੰ ਦੂਜੇ ਹੋਰ ਥੋੜ੍ਹੇ ਬਹੁਤ ਇਲਾਜ ਕਰਾਓ, ਪਰ ਉਹ ਵੀ ਜੇ ਅਸੀਂ ਕਰਾਈਏ ਘੱਟੋ ਘੱਟ 5-10 ਹਜ਼ਾਰ ਰੁਪਏ ਦਾ ਇਹਦਾ ਫਿਜ਼ੀਕਲ ਦਾ ਖਰਚ ਹੈ, ਉਹ ਖਰਚੇ ਤੋਂ ਇਲਾਵਾ ਇੱਕ ਹੈਲਪਰ ਵੀ ਉਹਨਾਂ ਨੂੰ ਬੱਚਿਆਂ ਨੂੰ ਚਾਹੀਦਾ, ਇਹ ਬੱਚਿਆਂ 'ਚ ਬੜਾ ਟੈਲੈਂਟ ਹੈ, ਬਾਈ ਗੋਡ ਇੰਨੇ ਇੰਟੈਲੀਜੈਂਟ ਨੇ ਬੱਚੇ, ਕਿਸੇ 'ਚ ਤੁਸੀਂ ਦੇਖੋਗੇ ਕੋਈ ਕਲਾ, ਮਿਊਜ਼ਿਕ ਦੀ ਕਲਾ, ਆਰਟ ਦੀ ਕਲਾ, ਪਰ ਨਹੀਂ ਕੋਈ ਸੋਰਸ ਨਹੀਂ, ਪ੍ਰਬੰਧ ਨਹੀਂ, ਸਕੂਲਾਂ 'ਚ ਵਗ ਜੋ ਕਿਤੇ ਰੈਂਪ ਨਹੀਂ ਬਣੇ ਹੋਏ, ਕਿਤੇ ਲਿਫਟਾਂ ਨਹੀਂ, ਕਿਤੇ ਕੁਛ ਨਹੀਂ ਹੈਗਾ, ਬੱਸ ਸਟੈਂਡ 'ਤੇ ਸਾਡੇ ਬੱਚੇ ਅੱਧੇ ਪੇਰੈਂਟਸ ਇਸੇ ਕਰਕੇ ਨੇ, ਬੱਚਿਆਂ ਦੀ ਸਾਂਭ ਸੰਭਾਲ 'ਤੇ ਜੁੜੇ ਹੋਏ ਨੇ। ਜਿਵੇਂ ਕਿ ਤੁਹਾਨੂੰ ਪਤਾ ਕਿ ਮਾਨ ਸਾਹਿਬ ਜਿਹੜਾ ਉਹ ਲੁਧਿਆਣੇ ਆਏ ਹੋਏ ਨੇ, ਕੀ ਤੁਸੀਂ ਉਹਨਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਹੈ? ਸਾਨੂੰ ਤਾਂ ਅਸੀਂ ਉਰੇ ਆਏ ਸੀਗੇ ਡੀ ਸੀ ਦਫ਼ਤਰ 'ਚ, ਡੀ ਸਾਹਿਬ ਨੂੰ ਮਿਲਣ ਵਾਸਤੇ ਇੱਕ ਸਾਡੇ ਸੱਜਣ ਉਰੇ ਦੇ ਗਏ ਸੀ ਇਹਨਾਂ ਨੂੰ, ਵੀ ਉਹਨਾਂ ਨੇ ਟਾਈਮ ਤਾਂ 10 ਤੋਂ 12 ਮੈਨੂੰ ਲੱਗਦਾ ਡੀ ਸਾਹਿਬ ਨਹੀਂ ਉਹਨਾਂ ਦੀ ਥਾਂ 'ਤੇ, ਅੱਜ ਜ਼ਿਲ੍ਹਾ ਮਾਲ ਅਫਸਰ ਹੀ ਸਾਨੂੰ ਮਿਲ ਪਾਏ ਹੈ, ਪਰ ਐਵੇਂ ਵੀ ਸਰਕਾਰ ਆਪਣੇ ਕੰਮ ਕਰ ਰਹੀ ਹੈ, ਪਰ ਇੱਧਰ ਧਿਆਨ ਦੇਣ ਵਾਸਤੇ ਅਸੀਂ ਅੱਜ ਮਿਲੇ ਹਾਂ, ਦੇਖੋ ਕੀ ਬਣਦਾ। ਪਰ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ? ਸਰਕਾਰ ਕੋਲੋਂ ਅਸੀਂ ਮਦਦ ਦੀ ਮੰਗ ਕਰਦੇ ਹਾਂ, ਇਹਨਾਂ ਨੂੰ ਜਿਹੜਾ ਮੈਡੀਕਲ ਜਿਵੇਂ ਫਿਜ਼ੀਓਥੈਰੇਪੀ ਉਹਦੇ 'ਚ ਹੈਲਪ ਦਿਉ, ਉਹਨਾਂ ਦੇ ਹੈਲਪਰ ਦੀ ਪੱਤਾ ਦਿਉ, ਜਿਵੇਂ ਹੋਰ ਸਰਕਾਰਾਂ ਦੇ ਰਹੀਆਂ ਨੇ ਕਈ ਥਾਵਾਂ 'ਤੇ।
तो इलाज लिए उपराले करो, वह बजट बनाओ, पर ये वास्ते असं मांग कर रहे भी नौकरियों च होर इन्हों के प्रबंध किए जाए। अज असी पंजाब भर तो मस्कुलर डिस्ट्रोफी पीड़ित पेरेंट्स सारे उरे डीसी साहब नूं एक मुख्यमंत्री के नाम से मंग पत्र देने इकट्ठे होए हैं ता जो साढ़े बच्चों के बीमारी वल ध्यान दिता जाए। पंजाब सरकार और भारत सरकार का अज तक इस बीमारी वल किसी तरह की कोई मदद या बीमारी का इलाज लभण विच कोई सहायता नहीं की जा रही है। साढ़े बच्चों की जो जिंदगी है वह नरक तो भी भैड़ी होने विच आ रही है। असी चाहते हैं कि सानू इस संबंधी आर्थिक मदद भी दी जाए। पिछले दिन 15-20 दिन तो असी पंजाब सरकार के सेहत मंत्री डॉक्टर बलवीर सिंह नाल मिलन लई संपर्क साध्या, पर सानू हजे तक उन्हां वल्लों कोई समा प्रदान नहीं किया गया। उन्हां दे जो पीए ने डॉक्टर बिक्रम पता नहीं मनप्रीत सिंह एडवोकेट, दो तीन बार असी उन्हां नाल फोन पर गलबात हुई है, पर सानू वो समा नहीं दे रहे। इसलिए असी तुहाडे मीडिया तो असी यही आस रखते हैं कि साडी आवाज़ मुख्यमंत्री साहब ते प्राइम मिनिस्टर साहब राष्ट्रपति साहब सब तक यह पहुँचाई जाए ता जो साढ़े लिए इसकी मदद मिली है। सत श्रीकाल जी, मैं गुरजिंदर सिंह जिला मानसर जी। अज DMD मस्कुलर डिस्ट्रोफी के पीड़ित कुछ व्यक्तियों वालों छोटे जे बच्चे वालों साढ़े सरकार के नाम से एक मंग पत्र दिता गया है इस दफ्तर के असी अपने वालों इस मंग पत्र को माननीय सरकार तक तुरंत पहुँचता करा। थैंक यू जी। थैंक यू सो मच सर। थैंक यू।